ਖਨੌਰੀ ਬਿਲਕੁਲ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ। ਅਗਰ ਇਸ ਤਰਫ ਦੀ ਗੱਲ ਕਰੀਏ ਤਾਂ ਇਸ ਤਰਫ ਜਿਹੜੇ ਹੈਗੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਜ਼ਬਰਦਸਤ ਜਿਹੜੀ ਬੈਰੀਕੇਡਿੰਗ ਆ ਉਹ ਕੀਤੀ ਗਈ ਹੈ, ਕਿਸਾਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਗੱਲ ਕਰੀਏ ਤਾਂ ਤਕਰੀਬਨ ਹੁਣ ਤੱਕ 25 ਤੋਂ ਲੈ ਕੇ 30 ਵਾਰ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਜਿਹੜੀ ਹੈਗੀ ਆ ਝੜਪ ਹੋਈ ਆ। ਟੀਅਰ ਗੈਸ ਦੇ ਗੋਲੇ ਜਿਹੜੇ ਹੈਗੇ ਨੇ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ, ਅਤੇ ਦੂਜੇ ਪਾਸੇ ਕਿਸਾਨ ਵੀ ਪੱਥਰਬਾਜ਼ੀ ਕਰਕੇ ਪੁਲਿਸ ਦੇ ਉੱਪਰ ਲਗਾਤਾਰ ਹਮਲਾ ਕਰ ਰਹੇ ਨੇ। ਹੁਣ ਅਗਲੀ ਰਣਨੀਤੀ ਕੀ ਹੈ, ਗੱਲਬਾਤ ਕਰਦੇ ਹਾਂ। ਬਾਈ ਜੀ ਕੀ ਨਾਮ ਆ ਤੁਹਾਡਾ? ਮਲਕੀਤ ਸਿੰਘ ਜੀ। ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਕਿਵੇਂ ਬਣੇ ਹੋਏ ਨੇ? ਲਗਾਤਾਰ ਹਮਲੇ ਹੋ ਰਹੇ ਨੇ, ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ, ਇਧਰੋਂ ਕਿਸਾਨਾਂ ਦੇ ਉੱਪਰ ਉਧਰ ਪੱਥਰਬਾਜ਼ੀ ਕੀਤੀ ਜਾ ਰਹੀ ਆ, ਹਾਲਾਤ ਕਿਵੇਂ ਬਣੇ ਨੇ? ਨਹੀਂ ਵੇਖੋ ਜੀ, ਕਿਸਾਨਾਂ ਨੇ ਅਜੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ, ਪਰ ਪ੍ਰਸ਼ਾਸਨ ਵੱਲੋਂ ਜੋ ਬਹੁਤ ਜ਼ਿਆਦਾ ਟੀਅਰ ਗੈਸ ਵਗੈਰਾ, ਤੇ ਆਪਾਂ ਵੇਖ ਹੀ ਸਕਦੇ ਕਿੰਨੀ ਵੱਡੀ ਤਦਾਦ 'ਤੇ ਜਿਹੜੀ ਫੋਰਸ ਲੱਗੀ ਆ ਜੀ ਉੱਥੇ, ਤੇ 1.5 ਘੰਟੇ ਤੋਂ ਵੱਧ ਜਿਹੜੀ ਲਗਾਤਾਰ ਉਹਨਾਂ ਨੇ ਉਹ ਟੀਅਰ ਗੈਸ ਡਰਾਉਣ ਰਾਹੀਂ ਅਤੇ ਜਾਂ ਜਿਹੜੀ ਉਹਨਾਂ ਕੋਲ ਗਨ ਹੈ ਉਹਦੇ ਨਾਲ ਹੀ ਉਹਨਾਂ ਨੇ ਫਾਇਰ ਕੀਤੀ ਉਹਨਾਂ ਨੇ ਜੀ। ਮਾਹੌਲ ਕਿਵੇਂ ਦਾ ਬਣਿਆ ਹੋਇਆ ਲੱਗਦਾ, ਕਿਉਂਕਿ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਹੈਗਾ ਦੋਨੇ ਪਾਸੋਂ ਝੜਪ ਦਿਖਦੀ ਆ, ਪਰ ਜਿਹੜਾ ਉਧਰ ਪ੍ਰਬੰਧ ਕੀਤੇ ਹੋਏ ਨੇ, ਕੀ ਲੱਗਦਾ ਵੀ ਕਿਸਾਨ ਤੋੜ ਦੇਣਗੇ ਜਾਂ ਕਿਸ ਤਰੀਕੇ ਦਾ ਅਗਲੀ ਰਣਨੀਤੀ ਲੱਗਦੀ ਆ ਤੁਹਾਨੂੰ? ਬਿਲਕੁਲ ਜੀ, ਅਫਸਰ ਸਾਹਿਬਾਨ ਕੁਝ ਆਏ ਹੁੰਦੇ ਵੀ ਥੋੜ੍ਹਾ ਹੀ ਗੱਲਬਾਤ ਸਾਡੇ ਨਾਲ ਕਰ ਲਓ, ਜੇ ਉਹ ਗੱਲ ਨਹੀਂ ਸਿਰੇ ਚੜ੍ਹਦੀ ਤਾਂ ਫਿਰ ਜਿੱਡਾ ਵੱਡੀ ਤਾਦਾਦ ਆ ਕਿਸਾਨਾਂ ਦੀ, ਹਜ਼ਾਰਾਂ ਦੀ ਗਿਣਤੀ ਆ ਜੀ, ਅਤੇ ਫਿਰ ਤਾਂ ਜਦੋਂ ਇਸ਼ਾਰਾ ਹੋ ਗਿਆ ਤਾਂ ਪਲ ਨਹੀਂ ਲੱਗਣਾ ਜੀ। ਫਿਰ ਅਜੇ ਹਾਲ ਦੀ ਘੜੀ ਜਾਬਤੇ ਦੇ ਵਿੱਚ ਫਿਰ ਵੀ ਸੰਜਮ ਵਰਤ ਰਹੇ ਨੇ ਕਿਸਾਨ, ਭਾਵੇਂ ਅਗਲੇ ਪਾਸਿਓਂ ਕੋਈ ਘੱਟ ਨਹੀਂ ਰਿਹਾ, ਡਾਂਗਾਂ ਵੀ ਚੱਲੀਆਂ ਗੈਸ ਦੇ ਵੀ, ਹੁਣ ਵੇਖੋ ਤੁਸੀਂ ਸਾਰੇ ਜਿਹੜੇ ਅੱਖਾਂ ਕਿਸੇ ਦੇ ਅਥਰੂ ਵਗ ਰਹੇ ਨੇ, ਕਿਸੇ ਨੂੰ ਸਾਹ ਦੀ ਮੁਸ਼ਕਲ ਆ ਰਹੀ ਆ, ਬਹੁਤ ਜ਼ਿਆਦਾ ਹੀ ਟੀਅਰ ਗੈਸ ਜਿਹੜੀ ਉਹ ਛੱਡੀ ਗਈ ਹੈ ਜੀ ਫੋਰਸਾਂ ਵੱਲੋਂ ਜੀ। ਭਾਈ ਜੀ ਤੁਹਾਡੇ ਵੱਲੋਂ ਟਰੈਕਟਰ ਤਿਆਰ ਕੀਤੇ ਗਏ ਨੇ, ਕਿਸ ਤਰੀਕੇ ਨਾਲ ਦੇ ਹੋ, ਹੁਣ ਕੀ ਤਿਆਰੀ ਆ ਅਗਲੀ? ਸਾਡੀ ਤਿਆਰੀ ਅੱਗੇ ਜਾਵਾਂਗੇ ਜੀ, ਵਧਾਂਗੇ ਅਸੀਂ, ਜੋ ਸਾਨੂੰ ਮਤਲਬ ਸਾਡੇ ਦੁਨੀਆ ਦੇ ਪ੍ਰਧਾਨ ਜੀ ਸਾਨੂੰ ਦੇਣਗੇ ਹਮਲਾ, ਬੋਲਣ ਕਹਿਣਗੇ ਜੀ ਬੋਲਾਂਗੇ ਹਮਲਾ। ਪਰ ਪੱਥਰ ਤਾਂ ਵੱਡੇ ਵੱਡੇ ਨੇ, ਲੱਗਦਾ ਵੀ ਹਾਂ ਕਿਤੇ ਮਰਜ਼ੀ ਲਾੜ ਪਿਛਲੀ ਵੀ ਲਾ ਸੀ, ਉਹ ਵੀ ਤੋੜੇ ਸੀ, ਅੱਜ ਵੀ ਤੋੜਾਂਗੇ, ਉਸੇ ਤਰੀਕੇ ਨਾਲ ਤੋੜਾਂਗੇ ਜੀ। ਪਰ ਜਦੋਂ ਉੱਧਰੋਂ ਗੋਲੇ ਦੱਗ ਜਾਂਦੇ ਨੇ, ਕਿਤੇ ਨਾ ਕਿਤੇ ਅੱਖਾਂ ਤੋਂ ਦੇਖਣਾ ਵੀ ਬੰਦ ਹੁੰਦਾ, ਅਸੀਂ ਵੀ ਦੇਖਿਆ ਸਾਡੀਆਂ ਅੱਖਾਂ ਪੂਰੀਆਂ ਕਿਤੇ ਨਾ ਕਿਤੇ ਹੋ ਜਾਂਦੇ, ਬਾਅਦ ਫਿਰ ਪਿੱਛੇ ਛਿੱਟੇ ਮਾਰੇ ਠੰਡੇ ਪਾਣੀ ਦੇ। ਪਰ ਲਗਾਤਾਰ ਜਾਵਾਂਗੇ, ਜਮਾਂ ਜਾਵਾਂਗੇ ਜੀ, ਜੋ ਚੱਲ ਕੇ ਆ ਕੇ ਜਾਣਾ ਹੁਣ ਪਿੱਛੇ ਤਾਂ ਮੁੜਨਾ ਨਹੀਂ ਆ, ਹੁਣ ਤਾਂ ਅੱਗੇ ਜਾਵਾਂਗੇ। ਬਿਲਕੁਲ, ਤੁਹਾਨੂੰ ਲਗਾਤਾਰ ਦੂਰ ਤੱਕ ਦੀ ਪਹਿਲਾਂ ਤਸਵੀਰ ਦਿਖਾ ਦਈਏ ਕਿ ਇਹ ਮੈਦਾਨ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਨੇ ਕਿਸਾਨ ਨੌਜਵਾਨ ਅੱਗੇ ਵੱਧਦੇ ਨਜ਼ਰ ਆ ਰਹੇ ਨੇ। ਕਈ ਵਾਰ ਪੁਲਿਸ ਦੇ ਨਾਲ ਝੜਪ ਹੋਈ ਆ, ਕਈ ਵਾਰ ਪੁਲਿਸ ਦੇ ਉੱਪਰ ਹਮਲੇ ਹੋਏ ਨੇ, ਪਰ ਲਗਾਤਾਰ ਪੁਲਿਸ ਦੇ ਵੱਲੋਂ ਜਿਹੜੇ ਟੀਅਰ ਗੈਸ ਦੇ ਗੋਲੇ ਨੇ ਉਹ ਕਿਸਾਨਾਂ ਦੇ ਉੱਪਰ ਸਿੱਟੇ ਜਾ ਰਹੇ ਨੇ, ਤਾਂ ਕਿਸਾਨਾਂ ਦੇ ਵਿੱਚ ਜਿਹੜਾ ਜੋਸ਼ ਆ ਪੂਰਾ ਵਧੀਆ ਤਰੀਕੇ ਦੇ ਨਾਲ ਹੈਗਾ। ਅਤੇ ਇਹੀ ਗੱਲ ਕਹੀ ਜਾ ਰਹੀ ਆ ਕਿ ਚਾਹੇ ਹਾਲਾਤ ਜੋ ਮਰਜ਼ੀ ਹੋ ਜਾਣ, ਸਾਡੇ ਵੱਲੋਂ ਇਹ ਜਿਹੜੇ ਬੈਰੀਕੇਡ ਨੇ ਬੜੇ ਆਰਾਮ ਦੇ ਨਾਲ ਤੋੜ ਕੇ ਅੱਗੇ ਨੂੰ ਵਧਾਂਗੇ। ਤਾਂ ਇਸ ਵਕਤ ਅਸੀਂ ਖਨੌਰੀ ਬਾਰਡਰ ਬਿਲਕੁਲ ਜੰਗ ਦੇ ਮੈਦਾਨ ਦੇ ਵਿੱਚ ਖੜ੍ਹੇ ਹਾਂ। ਤੁਹਾਨੂੰ ਦੱਸ ਦਈਏ ਕਿ ਉਸ ਸਾਈਡ ਹਰਿਆਣਾ ਪੁਲਿਸ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ, ਲਗਾਤਾਰ ਟੀਅਰ ਗੈਸ ਦੇ ਜਿਹੜੇ ਗੋਲੇ ਹੈਗੇ ਨੇ ਉਹ ਤਾਂ ਅੱਗੇ ਜਾ ਰਹੇ ਨੇ, ਤੁਸੀਂ ਧੂੰਆਂ ਦੇਖ ਸਕਦੇ ਹੋ, ਪਰ ਦੂਜੇ ਪਾਸੇ ਕਿਸਾਨ ਵੀ ਉਸੇ ਤਰੀਕੇ ਨਾਲ ਲਗਾਤਾਰ ਹੱਥਾਂ ਦੇ ਵਿੱਚ ਸੋਟੀਆਂ ਫੜ ਫੜ ਕੇ ਪੁਲਿਸ ਦੇ ਉੱਪਰ ਲਗਾਤਾਰ ਹਮਲੇ ਕਰ ਰਹੇ ਨੇ। ਬਿਲਕੁਲ ਤੁਹਾਨੂੰ ਅਸੀਂ ਜੰਗ ਦੇ ਮੈਦਾਨ ਦੀ ਤਸਵੀਰ ਦਿਖਾ ਰਹੇ ਹਾਂ, ਅਤੇ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਜਿਹੜੇ ਹੈਗੇ ਨੇ ਗੋਲੇ ਦਾਗੇ ਜਾ ਰਹੇ ਨੇ, ਲਗਾਤਾਰ ਕਈ ਵਾਰ ਝੜਪ ਹੋ ਚੁੱਕੀ ਆ। ਤਕਰੀਬਨ 3 ਘੰਟੇ ਤੋਂ ਇਹੀ ਮਾਹੌਲ ਟਿੱਕਰੀ ਬਾਰਡਰ ਦੇ ਉੱਪਰ ਬਣਿਆ ਹੋਇਆ। ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿੱਦਾਂ ਦਾ ਸਿਚੁਏਸ਼ਨ ਆ।
ਬਾਈ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ। ਇਸ ਤਰੀਕੇ ਦੇ ਹਾਲਾਤ ਕਿਵੇਂ ਬਣੇ ਹੋਏ ਨੇ? ਬਹੁਤ ਮਾੜੇ ਨੇ, ਇਹ ਯਾਨੀ ਕਿ ਸਹੀ ਨਹੀਂ ਹੈ। ਅਸੀਂ ਵੀ ਕਿਸਾਨ ਹਾਂ, ਠੀਕ ਹੈ, ਸਭ ਵਾਸਤੇ ਲੜ ਰਹੇ ਹਾਂ। ਇਹ ਵਤੀਰਾ ਸਹੀ ਨਹੀਂ ਹਰਿਆਣਾ ਪੁਲਿਸ ਦਾ। ਕਿੰਨੇ ਸਮੇਂ ਤੋਂ ਹੋ ਰਿਹਾ, ਕਿੰਨੀ ਵਾਰ ਹੁਣ ਤੱਕ ਹਮਲਾ ਹੋ ਚੁੱਕਿਆ? ਭਾਈ ਪਤਾ ਹੀ ਨਹੀਂ, 50-60 ਵਾਰ ਹਮਲਾ ਹੋ ਗਿਆ। ਆ ਸਾਰੇ ਬੰਦਿਆਂ ਨੇ ਆਸੂ ਗੈਸ ਚੱਲ ਰਹੇ ਨੇ। 5-6 ਜ਼ਖਮੀ ਹੋ ਗਏ ਆ, ਸਿਰ 'ਚ ਲਾਠੀਆਂ ਲੱਗ ਗਈਆਂ। ਤਰੀਕੇ ਨਾਲ ਹਾਲਾਤ ਕਿਵੇਂ ਬਣੇ ਹੋਏ ਨੇ, ਸਾਨੂੰ ਖੁਦ ਵੀ ਕਵਰੇਜ ਕਰਨੀ ਕਿਤਨਾ ਔਖੀ ਹੋ ਰਹੀ ਆ। ਸਾਹਮਣੇ ਨੇ ਜੋ ਵੀ ਹੈ, ਸਾਹਮਣੇ ਆ, ਹਾਲਾਤ ਬਹੁਤ ਮਾੜੇ ਨੇ। ਪਰ ਇਸ ਤਰ੍ਹਾਂ ਨਹੀਂ ਚਾਹੀਦਾ, ਭਾਜਪਾ ਸਰਕਾਰ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ। ਅਸੀਂ ਇਸ ਦੇਸ਼ ਦੇ ਵਾਸੀ ਹਾਂ, ਅਸੀਂ ਕੋਈ ਬਗਾਨੇ ਥੋੜ੍ਹੇ, ਸਾਡੇ ਨਾਲ ਬੈਠ ਜਾਣ। 5.5 ਘੰਟੇ ਰਾਤ ਗੱਲਬਾਤ ਹੋਈ ਆ, ਸਾਡੀ ਮੰਗਾਂ ਮੰਨ ਲੈਣ, ਹੁਣੇ ਅਸੀਂ ਚਲੇ ਜਾਂਦੇ ਹਾਂ। ਫਿਰ ਜੋ ਕਹੂਗਾ ਉਹਦਾ ਲਾ ਕੇ 8 ਵਜੇ ਆ ਗਏ, ਉਹਦਾ ਲਾ ਕੇ ਮੇਰੇ ਸੇ ਕੋਈ ਭੂਲ ਹੋ ਗਈ, ਗਲਤੀ ਹੋ ਗਈ ਸਾਡੀ ਤਪੱਸਿਆ 'ਚ, ਹੁਣੇ ਹੀ ਇਹ ਗੱਲ ਕਹਦੇ ਹਾਂ। ਬਹੁਤ ਦੁੱਖ ਦੀ ਗੱਲ ਬਾਈ। ਲਗਾਤਾਰ ਜਿਹੜੀਆਂ ਅੱਖਾਂ ਨੇ ਮੱਚ ਰਹੀਆਂ ਨੇ, ਲਗਾਤਾਰ ਜਿਹੜਾ ਆਸੂ ਗੈਸ ਟੀਅਰ ਗੈਸ ਸਿੱਟੀ ਜਾ ਰਹੀ ਆ, ਵੱਡੇ ਤਰੀਕੇ ਨਾਲ ਕਿਸਾਨਾਂ ਦੇ ਉੱਪਰ ਹਮਲਾ ਹੋ ਰਿਹਾ ਲਗਾਤਾਰ ਲੰਬੇ ਸਮੇਂ ਤੋਂ। ਦੋਨੇ ਸਾਈਡ ਤੋਂ ਜਿਹੜਾ ਹੈਗਾ ਝੜਪ ਹੋ ਰਹੀ ਆ, ਇੱਕ ਪਾਸੇ ਪੁਲਿਸ ਅੱਗੇ ਵੱਧਦੀ ਆ, ਕਦੇ ਕਿਸਾਨ ਅੱਗੇ ਵੱਧਦੇ ਨੇ। ਪਰ ਲਗਾਤਾਰ ਜਿਹੜੇ ਕਿਸਾਨ ਇਹੀ ਕਹਿ ਰਹੇ ਨੇ ਕਿ ਜਿੱਦਾਂ ਦੇ ਮਰਜ਼ੀ ਹਾਲਾਤ ਬਣ ਜਾਣ, ਅਸੀਂ ਇਹ ਬਾਰਡਰ ਨੂੰ ਕ੍ਰੋਸ ਕਰਨਾ ਅਤੇ ਅੱਗੇ ਜਾ ਕੇ ਸਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਦਿੱਲੀ ਕੂਚ ਕਰਨਾ। ਬਾਕੀ ਹਾਲਾਤ ਕਿਵੇਂ ਬਣਦੇ ਨੇ ਨਿਊਜ਼ 8 ਦੇ ਉੱਪਰ ਹਰ ਇੱਕ ਤਸਵੀਰ ਤੁਹਾਨੂੰ ਲਗਾਤਾਰ ਸਾਡੇ ਵੱਲੋਂ ਦਿਖਾਈ ਜਾ ਰਹੀ ਆ।